ਕ੍ਰਾਂਤੀਕਾਰੀ ਪੰਜਾਬ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਜੀ ਨੂੰ ਬੇਨਤੀ ਹੈ ਕਿ ਮੰਚ ਤੇ ਆ ਕੇ ਆਪਦੇ ਸ਼ਬਦ ਪੇਸ਼ ਕਰਨ। ਮੋਰਚੇ ਦੇ ਵਿੱਚ ਡਟੇ ਮੇਰੇ ਸਤਿਕਾਰਯੋਗ ਬਹਾਦਰ ਭਰਾਵੋ ਤੇ ਭੈਣੋ, ਸਭ ਤੋਂ ਪਹਿਲਾਂ ਫਤਿਹ ਅੱਜ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਰਾਵੋ, ਪਰਸੋਂ ਜੋ ਕਰਨਾਲ ਵਿਖੇ ਲਾਠੀਚਾਰਜ ਦੀ ਘਟਨਾ ਹੋਈ ਹੈ, ਮੈਂ ਜਿਹੜਾ ਮੈਨੂੰ ਟਾਈਮ ਦਿੱਤਾ ਉਹ ਘਟਨਾ ਬਾਰੇ ਤੇ ਉਦੋਂ ਉਸ ਘਟਨਾ ਤੋਂ ਬਾਅਦ ਸਰਕਾਰ ਦਾ ਕੀ ਪ੍ਰਤੀਕਰਮ ਹੈ, ਪ੍ਰਸ਼ਾਸਨ ਦਾ ਕੀ ਹੈ, ਬੀਜੇਪੀ ਦਾ ਕੀ ਪ੍ਰਤੀਕਰਮ ਹੈ, ਲੋਕਾਂ ਦਾ ਕੀ ਪ੍ਰਤੀਕਰਮ ਹੈ, ਮੈਂ ਇਹਨਾਂ ਸਵਾਲਾਂ ਤੇ ਇਹਨਾਂ ਨੁਕਤਿਆਂ ਤੇ ਆਪਣੀ ਗੱਲ ਕੇਂਦਰਿਤ ਕਰੂੰਗਾ। ਪਰਸੋਂ ਪਹਿਲੀ ਗੱਲ ਜਦੋਂ ਮੈਂ ਦੱਸਣਾ ਚਾਹੁੰਦਾ ਵੀ ਘਟਨਾ ਵਾਪਰੀ ਹੈ, ਸਭ ਨੂੰ ਪਤਾ ਹੈ ਵੀ ਉਹ ਕਿਸਾਨਾਂ ਨੇ ਆਪਣੇ ਮੋਰਚੇ ਵਾਲੇ ਕਿਸਾਨਾਂ ਨੇ ਕੋਈ ਆਪ ਮਹਾਰੇ ਤੌਰ ਤੇ ਉਹ ਪ੍ਰੋਗਰਾਮ ਨਹੀਂ ਰੱਖਿਆ। ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਬਈ ਜਿੱਥੇ ਵੀ ਕੋਈ ਬੀਜੇਪੀ ਦਾ ਲੀਡਰ ਕਿਸੇ ਵੀ ਸੂਬੇ ਦੇ ਵਿੱਚ ਆਉਂਦਾ ਹੈ, ਇਕੱਠ ਕਰਦਾ, ਮੀਟਿੰਗ ਕਰਦਾ ਤਾਂ ਕਾਲੇ ਝੰਡੇ ਲਾ ਕੇ, ਨਾਰੇ ਲਾ ਕੇ ਉਹਦਾ ਵਿਰੋਧ ਕਰਨਾ, ਉਹਦਾ ਪਰਦਾ ਫਾਸ਼ ਕਰਨਾ ਵੀ ਬੀਜੇਪੀ ਨੇ ਹੁਣ ਤੱਕ ਆਹ ਜਿਹੜੇ ਕਾਲੇ ਕਾਨੂੰਨ ਬਣਾ ਕੇ ਜਿਹੜਾ ਲੋਕਾਂ ਦਾ ਵਿਹਾਰ ਕੀਤਾ 9 ਮਹੀਨਿਆਂ ਤੋਂ, ਉਸ ਕਰਕੇ ਅਸੀਂ ਆਹ ਕਾਲੇ ਝੰਡੇ ਦਿਖਾ ਰਹੇ ਹਾਂ, ਵਿਰੋਧ ਕਰ ਰਹੇ ਹਾਂ। ਇਹ ਸੱਦਾ ਦਿੱਤਾ, ਸੱਦੇ ਦੇ ਤਹਿਤ ਹਰਿਆਣੇ ਦੇ ਕਿਸਾਨਾਂ ਨੇ, ਕਰਨਾਲ ਜ਼ਿਲ੍ਹੇ ਦੇ ਕਿਸਾਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੁੱਖ ਮੰਤਰੀ ਖੱਟਰ ਦਾ ਪ੍ਰੋਗਰਾਮ ਹੈ ਇੱਥੇ ਕਰਨਾਲ ਦੇ ਵਿੱਚ, ਤਾਂ ਉਹਨਾਂ ਨੇ ਐਲਾਨ ਕਰਕੇ, ਕੋਈ ਚੋਰ ਕਿਉਂ ਨਹੀਂ, ਐਲਾਨ ਕਰਕੇ ਕਿਹਾ ਵੀ ਅਸੀਂ ਉੱਥੋਂ ਕਿਸਾਨ ਜਥੇਬੰਦੀਆਂ ਵੱਲੋਂ ਉਹਦਾ ਵਿਰੋਧ ਕਰਾਂਗੇ ਜਿੱਥੇ ਵੀ ਉਹ ਮੀਟਿੰਗ ਕਰੂਗਾ ਜਾਂ ਇਕੱਠ ਕਰੂਗਾ ਜਾਂ ਰੈਲੀ ਕਰੂਗਾ। ਐਲਾਨ ਕਰਕੇ ਉਹਨਾਂ ਨੇ ਅਗਲੇ ਦਿਨ ਜਿਹੜੇ ਤਰੀਕ ਦਾ ਪ੍ਰੋਗਰਾਮ ਸੀ, 28 ਤਰੀਕ ਦਾ, ਭਰਾਵੋ ਸੁਣਨ ਵਾਲੀ ਆ ਗੱਲ, ਕੰਨ ਕਰਕੇ। ਕਈ ਬੰਦੇ ਮੈਂ ਬੇਹੜਾ ਪੰਡਾਲ ਦੇ ਵਿੱਚ ਉਹ ਆ ਗੱਡੀਆਂ ਕੰਨੀ ਝਾਕੀ ਜਾਂਦੇ ਨੇ, ਇੱਧਰ ਸਟੇਜ ਕੰਨੀ ਮਾੜਾ ਜਿਹਾ ਲਿਗਾ ਕਰੋ, ਕਾਫੀ ਕੁਛ ਤੁਹਾਡਾ ਪ੍ਰਸ਼ਾਸਨ ਨੇ ਇਹਦੇ ਬਾਰੇ ਤੁਹਾਨੂੰ ਝੂਠੇ ਸਾਬਤ ਕੀਤਾ ਵੀ ਕਿਸਾਨ ਗਲਤ ਹੈ। ਉਹ ਥੋੜਾ ਜਿਹਾ ਸੁਣਨਾ ਚਾਹੀਦਾ ਵੀ ਕਿਵੇਂ ਝੂਠ ਮਾਰਿਆ ਆਪਾਂ, ਉਹਨਾਂ ਦਾ ਝੂਠ ਨੂੰ ਨੰਗਾ ਕਿਵੇਂ ਕਰਨਾ। ਮੈਂ ਆਪਣਾ ਟਾਈਮ ਤਾਂ ਲਾ ਰਿਹਾ, ਮੈਂ ਸਿਰਫ ਭਾਸ਼ਣ ਦੇਣ ਦੀ ਖਾਤਰ ਖੜਾ ਨਹੀਂ ਹੋਇਆ। ਉਹ ਕਿਸਾਨਾਂ ਨੇ 28 ਤਰੀਕ ਨੂੰ ਤੜਕੇ ਘਰੌਂਡੇ ਕੋਲੇ ਆਪਣਾ ਹੈਗਾ ਟੋਲ ਪਲਾਜ਼ਾ, ਬੱਸ ਤਾੜਾ ਟੋਲ ਪਲਾਜ਼ਾ 35 ਕਿਲੋਮੀਟਰ ਦੂਰ ਹੈ ਕਰਨਾਲ ਤੋਂ, ਜਿੱਥੇ ਮੁੱਖ ਮੰਤਰੀ ਖੱਟਰ ਦਾ ਪ੍ਰੋਗਰਾਮ ਸੀਗਾ ਉੱਥੋਂ 35 ਕਿਲੋਮੀਟਰ ਦੂਰ, ਤਾਂ ਉੱਥੇ ਉਹਨਾਂ ਨੇ ਨਾਕੇਬੰਦੀ ਕਰਕੇ ਪੁਲਿਸ ਨੇ, ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਿਆ ਵੀ ਤੁਸੀਂ ਇੱਥੇ ਆਪਣਾ ਪ੍ਰੋਟੈਸਟ ਕਰ ਲਓ, ਜਿੱਥੇ ਅਸੀਂ ਤੁਹਾਨੂੰ ਥਾਂ ਦਿੱਤੀ ਆ ਉੱਥੇ ਪ੍ਰੋਟੈਸਟ ਕਰ ਲਓ, ਤੁਸੀਂ ਇੱਧਰ ਅੱਗੇ ਨਹੀਂ ਜਾ ਸਕਦੇ। ਤਾਂ ਕਿਸਾਨਾਂ ਨੇ ਕਿਹਾ ਵੀ ਇਹ 35 ਕਿਲੋਮੀਟਰ ਹੈ ਇੱਥੋਂ, ਫਿਰ ਜੇ ਇੱਥੇ ਹੀ ਪ੍ਰੋਟੈਸਟ ਕਰਨਾ ਸੀਗਾ ਫਿਰ ਤਾਂ ਅਸੀਂ ਦਿੱਲੀ ਕਰੀ ਜਾਂਦੇ ਹਾਂ, ਅਸੀਂ ਜਿੱਥੇ ਸਾਨੂੰ ਹੁਕਮ ਇਹ ਹੋਇਆ ਵੀ ਜਿੱਥੇ ਉਹਨਾਂ ਦਾ ਪ੍ਰੋਗਰਾਮ ਹੈ ਉੱਥੇ ਜਾ ਕੇ ਗਾਲੇ ਝੰਡੇ ਦਿਖਾਉਣੇ ਹੈ, ਅਸੀਂ 35 ਕਿਲੋਮੀਟਰ ਪਿੱਛੇ ਨਹੀਂ ਰੁਕ ਸਕਦੇ। ਤਾਂ ਪ੍ਰਸ਼ਾਸਨ ਨੇ ਕਿਹਾ ਵੀ ਸਾਨੂੰ ਉੱਤੋਂ ਹੁਕਮ ਹੈ ਵੀ ਕਿਸੇ ਵੀ ਹਾਲਤ 'ਚ ਜਾਣ ਨਹੀਂ ਦੇਣਾ। ਤਾਂ ਕਿਸਾਨਾਂ ਨੇ ਕਿਹਾ ਵੀ ਸਾਨੂੰ ਵੀ ਉੱਤੇ ਹੁਕਮ ਹੈ ਵੀ ਹਰ ਹਾਲਤ ਦੇ ਵਿੱਚ ਜਾ ਕੇ ਭਾਵੇਂ ਕਿਸੇ ਵੀ ਕੀਮਤ ਤੇ ਕੋਈ ਕੁਰਬਾਨੀ ਕਰਨੀ ਪਵੇ, ਹਰ ਹਾਲਤ 'ਚ ਜਾ ਕੇ ਬੀਜੇਪੀ ਦੇ ਮੰਤਰੀਆਂ ਦਾ ਵਿਰੋਧ ਕਰਨਾ, ਬਾਈਕਾਟ ਕਰਨਾ, ਤੁਹਾਡਾ ਵੀ ਹੁਕਮ ਹੈ, ਸਾਡਾ ਵੀ ਹੁਕਮ ਹੈ, ਸਾਡੀਆਂ ਜਥੇਬੰਦੀਆਂ ਦਾ, ਲੋਕ ਸੰਗਰਾਮ ਮੋਰਚੇ ਦਾ ਹੁਕਮ ਹੈ, ਤੁਸੀਂ ਆਪਦਾ ਹੁਕਮ ਨਿਭਾਓ। ਅਸੀਂ ਆਪਦਾ ਹੁਕਮ, ਆਪਦੀਆਂ ਮੋਰਚੇ ਦਾ ਹੁਕਮ ਨਿਭਾਉਣਾ ਹੈ। ਸੋ ਉਸ ਤੋਂ ਬਾਅਦ ਜੋ SDM ਹੈ ਕਰਨਾਲ ਦਾ, ਆ ਜੂਸ ਸਿਨਹਾ ਦਾ ਨਾਂ ਹੈ, ਉਸਨੇ ਵਾਇਰਲ ਵੀਡੀਓ ਰਾਹੀਂ ਵੀਡੀਓ ਪਾ ਕੇ ਲਾਈਵ ਹੋ ਕੇ ਕਿਹਾ ਵੀ ਜਿਹੜਾ ਵੀ ਕਿਸਾਨ, ਪੁਲਿਸ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਵੀ ਜਿਹੜਾ ਵੀ ਕਿਸਾਨ ਇਹਦੂ ਅੱਗੇ ਵਧੂਗਾ ਜਾਂ ਵਧਣ ਦਾ ਯਤਨ ਕਰੂਗਾ ਉਹਨੂੰ ਹਰ ਹਰ ਰੋਕਣਾ, ਭਾਵੇਂ ਉਹਦਾ ਸਿਰ ਪਾੜਨਾ ਪਵੇ, ਸਿਰ ਫੋੜਨਾ ਪਵੇ, ਕ੍ਰੈਕ ਦਾ ਹੈੱਡ ਤੋੜਨਾ ਪਵੇ ਭਾਵੇਂ। ਇਹ ਉਹਨੇ ਲਾਈਵ ਹੋ ਕੇ ਹਦਾਇਤ ਕੀਤੀ ਹੈ।
ਸੋ ਪਹਿਲਾਂ ਤਾਂ ਜਿਹੜਾ ਆਪਣਾ ਐਸਡੀਐਮ ਕਰਨਾਲ ਹੈ ਜਿਹਨੇ ਇਹ ਲਾਈਵ ਹੋ ਕੇ ਹੁਕਮ ਦਿੱਤਾ ਉਹ ਥੋੜਾ ਜਿਹਾ ਉਹਦਾ ਅੱਜ ਅਖਬਾਰਾਂ ਦੇ ਵਿੱਚ ਉਹਦਾ ਜਿਹੜਾ ਪਿਛੋਕੜ ਆਇਆ ਵੀ ਉਹ ਹੈ ਕੀ ਚੀਜ਼ ਹੈ ਕਿੱਥੋਂ ਦਾ ਹੈਗਾ ਕਿਹਦੇ ਨਾਲ ਸੰਬੰਧ ਹੈ ਉਹਦਾ ਆਰਐਸਐਸ ਦਾ ਪ੍ਰਮੁੱਖ ਹੈ ਹਰਿਆਣੇ ਦਾ ਰਕੇਸ਼ ਸਿਨਹਾ ਉਹਦਾ ਭਤੀਜਾ ਉਹ ਆਜੂਸ ਸਿਨਹਾ ਕਹਿਣ ਦਾ ਭਾਵ ਆਰਐਸਐਸ ਦੇ ਹੈੱਡ ਦੇ ਪਰਿਵਾਰ ਚੋਂ ਹੈ ਆਰਐਸਐਸ ਨੂੰ ਕਿੰਨੀ ਨਫ਼ਰਤ ਜਿਹੜੀ ਆਰਐਸਐਸ ਵਾਲੇ ਭੜਕਾਉਂਦੇ ਆ ਕਿਸਾਨਾਂ ਦੇ ਮਜ਼ਦੂਰਾਂ ਦੇ ਹੋਰ ਜਿਹੜੇ ਕਾਰੋਬਾਰੀ ਲੋਕਾਂ ਦੇ ਖਿਲਾਫ ਇਹਨਾਂ ਦੇ ਅੰਦੋਲਨਾਂ ਦੇ ਖਿਲਾਫ ਉਹ ਜਿਹੜੀ ਉਹ ਪਰਿਵਾਰ ਚੋਂ ਉਹਦੇ ਖਿਲਾਫ ਨਫ਼ਰਤ ਸੀ ਉਹ ਨਿਕਲੀ ਹੈ ਉਹ ਐਸਡੀਐਮ ਦੇ ਮੂੰਹ ਰਾਹੀਂ ਸੋ ਉਸ ਤੋਂ ਬਾਅਦ ਉਹ ਚੱਲ ਘਟਨਾ ਹੋਈ ਆਪਣੇ ਕਿਸਾਨਾਂ ਨੇ ਨਾਕਾ ਤੋੜ ਕੇ ਜਦੋਂ ਗਾਹਾਂ ਵਧਿਆ ਤਾਂ ਉਹਨਾਂ ਨੇ ਉਹ ਹੁਕਮ ਲਾਗੂ ਕੀਤਾ ਤੇ ਸਿਰ ਪਾੜੇ ਆ ਉਹ ਸਾਰਿਆਂ ਨੂੰ ਪਤਾ ਹਸਪਤਾਲ ਚ ਗਏ ਆ ਜਿਨ੍ਹਾਂ ਚੋਂ ਇੱਕ ਦੀ ਸ਼ਾਮ ਨੂੰ ਘਰੇ ਜਾ ਕੇ ਉਹ ਜਿਹੜਾ ਇੱਥੋਂ ਗਿਆ ਸੀਗਾ ਉਹਦੀ ਮੌਤ ਵੀ ਹੋ ਗਈ ਉਹਨਾਂ ਦੇ ਵਿੱਚੋਂ ਸਾਥੋਂ ਵਿਛੜ ਗਿਆ ਸ਼ਹੀਦ ਹੋ ਗਿਆ ਡੇਢ ਕਿੱਲੇ ਦਾ ਮਾਲਕ ਹੈ ਸੁਸ਼ੀਲ ਕਾਜਲ ਉਹਦਾ ਨਾਂ ਹੈ ਉਸ ਤੋਂ ਬਾਅਦ ਅਗਲੇ ਦਿਨ ਜਿਹੜੀ ਜਦੋਂ ਇਹਨਾਂ ਦਾ ਰੌਲਾ ਪਿਆ ਜਥੇਬੰਦੀਆਂ ਨੇ ਆਪਾਂ ਸੱਦਾ ਦੇ ਦਿੱਤਾ ਵੀ ਜੇ ਹਕੂਮਤ ਸਾਡੇ ਕਿਸਾਨਾਂ ਨਾਲ ਵਰਤਾਓ ਕਰੂਗੀ ਤਾਂ ਫਿਰ ਹੁਣ ਕੋਈ ਡਿੱਕਣ ਦੀ ਲੋੜ ਨਹੀਂ ਸਾਰਾ ਜਿਹੜਾ ਹਰਿਆਣਾ ਉਹ ਜਾਮ ਕਰ ਦਿਓ ਪੰਜ ਵਜੇ ਤੱਕ ਜਿੰਨਾ ਚਿਰ ਤੱਕ ਉਹ ਟੋਲ ਪਲਾਜ਼ਾ ਫ੍ਰੀ ਨਹੀਂ ਕਰਦੇ ਤੇ ਸਾਰੇ ਫੱਟ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਵਾਪਸ ਟੋਲ ਪਲਾਜ਼ੇ ਤੇ ਨਹੀਂ ਆਉਂਦੇ ਸਾਰਾ ਹਰਿਆਣਾ ਜਾਮ ਹੋ ਗਿਆ ਹਰਿਆਣਾ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਵੀ ਲੱਕ ਕੁੱਟ ਲਓ ਹੁਣ ਆ ਸਾਰੀਆਂ ਸੜਕਾਂ ਜਾਮ ਹੋ ਗਈਆਂ ਹੁਣ ਖੋਲ ਲਓ ਚਲਾ ਲਓ ਟ੍ਰੈਫਿਕ ਫਿਰ ਜਾ ਕੇ ਉਹਨਾਂ ਨੂੰ ਥੋੜੀ ਜਿਹੀ ਅਕਲ ਆਈ ਵੀ ਇਹ ਰਾਹ ਕਸੂਤੇ ਪੈ ਗਏ ਚੱਲ ਉਹਨਾਂ ਨੇ ਸ਼ਾਮ ਨੂੰ ਇੱਕ ਵਾਰੀ ਛੱਡ ਕੇ ਬੰਦਿਆਂ ਨੂੰ ਛੱਡਿਆ ਉਹੀ ਬੰਦੇ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਉਹਨਾਂ ਨੂੰ ਉੱਥੇ ਟੋਲ ਪਲਾਜ਼ੇ ਤੇ ਲਿਆਂਦਾ ਟੋਲ ਪਲਾਜ਼ਾ ਦੁਬਾਰੇ ਫ੍ਰੀ ਹੋਇਆ ਕੱਲ ਆਪਾਂ ਪੰਜਾਬ ਵਾਲੇ ਕਿਸਾਨਾਂ ਨੇ ਹਰਿਆਣੇ ਵਾਲੇ ਕਿਸਾਨਾਂ ਨਾਲ ਇੱਕ ਮੁੱਠਤਾ ਪ੍ਰਗਟ ਕਰਨ ਲਈ ਆਪਾਂ ਨਾਰਾ ਬਹੁਤ ਲਾਉਂਦੇ ਹੁੰਦੇ ਆ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦਾ ਕਿਸਾਨ ਭਾਈਚਾਰਾ ਜਿੰਦਾਬਾਦ ਉਹ ਭਾਈਚਾਰਾ ਜਿੰਦਾਬਾਦ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦਾ ਉਹਨੂੰ ਅਸਲੀ ਅਰਥਾਂ 'ਚ ਲਾਗੂ ਕਰਨ ਦੀ ਖਾਤਰ ਆਪਾਂ ਕੱਲ੍ਹ ਪੰਜਾਬ ਦੇ ਵਿੱਚ ਵੀ 2 ਘੰਟੇ ਟ੍ਰੈਫਿਕ ਜਾਮ ਕਰਕੇ ਉਹ ਜਿਹੜੀ ਇੱਕ ਮੁੱਠਤਾ ਉਹ ਭਾਈਚਾਰੇ ਦਾ ਸਬੂਤ ਦਿੱਤਾ ਵੀ ਹਰਿਆਣੇ ਦੇ ਕਿਸਾਨੋ ਤੁਹਾਡੇ ਸਿਰਾਂ ਤੇ ਨਹੀਂ ਇਹ ਲਾਠੀਆਂ ਵੱਜ ਗਈਆਂ ਤੁਹਾਡੇ ਸਿਰ ਨਹੀਂ ਪਾਟੇ ਇਹ ਸਾਡੇ ਵੀ ਨਾਲ ਹੀ ਪਾਟੇ ਹੈ ਸਾਡੇ ਸਿਰਾਂ ਤੇ ਵੀ ਅਸੀਂ ਵੀ ਦਰਦ ਮਹਿਸੂਸ ਕਰਦੇ ਹਾਂ ਇਸ ਕਰਕੇ ਤੁਹਾਡੇ ਨਾਲ ਇੱਕ ਮੁੱਠਤਾ ਪ੍ਰਗਟ ਕਰਨ ਲਈ ਤੇ ਖੱਟਰ ਸਰਕਾਰ ਨੂੰ ਸੁਣਾਉਣੀ ਕਰਨ ਲਈ ਵੀ ਤੁਸੀਂ ਇੰਨਾ ਸਮਝੋ ਹਰਿਆਣੇ ਵਾਲੇ ਇਕੱਲੇ ਆ ਅਸੀਂ ਆਪਣਾ ਜਾਮ ਕੀਤਾ ਕੱਲ੍ਹ 2 ਘੰਟੇ ਸਾਰਾ ਪੰਜਾਬ 2 ਘੰਟੇ ਜਾਮ ਰਿਹਾ ਸੋ ਇਹ ਸੀ ਉਹਦਾ ਪ੍ਰਤੀਕਰਮ ਉਦੋਂ ਬਾਅਦ ਇਹ ਆਪਣੇ ਲੋਕਾਂ ਦਾ ਪ੍ਰਤੀਕਰਮ ਹੈ ਕਿਸਾਨਾਂ ਦਾ ਪ੍ਰਤੀਕਰਮ ਹੈ ਵੀ 35 ਕਿਲੋਮੀਟਰ ਦੂਰ ਜਿਹੜਾ ਜਿੱਥੇ ਉਹਨਾਂ ਨੇ ਰੋਕ ਕੇ ਜਿਹੜਾ ਲਾਠੀਚਾਰਜ ਕੀਤਾ ਕੋਈ ਐਂ ਨਹੀਂ ਕਹਿ ਸਕਦੇ ਵੀ ਉਹਦੀ ਮੀਟਿੰਗ 'ਚ ਵਿਘਣ ਪਾਤਾ ਜਾਂ ਉਹਦਾ ਉੱਥੇ ਕਿਸੇ ਉਹਦਾ ਬਾਡੀਗਾਰਡ ਦਾ ਐਸਡੀਐਮ ਦਾ ਆਪਣਾ ਜਿਹੜਾ ਮੁੱਖ ਮੰਤਰੀ ਦਾ ਕਿਸੇ ਦਾ ਕੋਈ ਨੁਕਸਾਨ ਕਰਤਾ ਹੁਣ ਜਿਹੜੀ ਉਦੋਂ ਅਗਲੇ ਦਿਨ ਉੱਥੋਂ ਦੇ ਡੀਸੀ ਨੇ ਤੇ ਐਸਪੀ ਨੇ ਪ੍ਰੈਸ ਕਾਨਫਰੰਸ ਕਰਕੇ ਸਪਸ਼ਟੀਕਰਨ ਦਿੱਤਾ ਜਿਹੜਾ ਵੀ ਜਿਹੜਾ ਇਹ ਹੋਇਆ 28 ਤਰੀਕ ਨੂੰ ਉਹਦੇ ਪ੍ਰਸ਼ਾਸਨ ਕੀ ਸਮਝਦਾ ਉਹਨੂੰ ਸਰਕਾਰ ਕੀ ਸਮਝਦੀ ਹੈ ਅੱਜ ਜਿਹੜਾ ਉਹੀ ਖੱਟਰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਿਹਾ ਵੀ ਜਿਹੜੀ 28 ਤਰੀਕ ਨੂੰ ਘਟਨਾ ਹੋਈ ਹੈ ਉਹ ਕਿਉਂ ਹੋਈ ਹੈ ਕਿਉਂ ਅਸੀਂ ਸਰਕਾਰ ਦਾ ਉਹਦੇ ਬਾਰੇ ਪੱਖ ਕੀ ਹੈ ਆਪਦਾ ਪੱਖ ਦੱਸਣ ਦੀ ਖਾਤਰ ਅੱਜ ਖੱਟਰ ਕਾਨਫਰੰਸ ਕਰ ਰਿਹਾ ਕੱਲ੍ਹ ਉੱਥੋਂ ਦੇ ਕਰਨਾਲ ਦੇ ਡੀਸੀ ਦੇ ਤੇ ਐਸਪੀ ਨੇ ਕਾਨਫਰੰਸ ਕੀਤੀ ਹੈ ਡੀਸੀ ਤੇ ਐਸਐਸਪੀ ਕਾਨਫਰੰਸ ਦੇ ਵਿੱਚ ਕਹਿੰਦੇ ਆ ਇੰਨੀ ਗੱਲ ਤਾਂ ਵੀ ਜਿਹੜਾ ਐਸਡੀਐਮ ਨੇ ਹੁਕਮ ਦੇਣ ਵਾਲੇ ਸ਼ਬਦ ਵਰਤੇ ਆ ਜਿਹੜੇ ਸ਼ਬਦ ਅਸੀਂ ਸਮਝਦੇ ਹਾਂ ਵੀ ਉਹਨੇ ਠੀਕ ਨਹੀਂ ਵਰਤੇ ਇਕੱਲੇ ਸ਼ਬਦ ਉਹਨੂੰ ਢੁਕਵੇਂ ਸ਼ਬਦ ਵਰਤਣੇ ਚਾਹੀਦੇ ਸੀਗੇ ਉਹਨੇ ਢੁਕਵੇਂ ਸ਼ਬਦ ਨਹੀਂ ਵਰਤੇ ਪਰ ਜੋ ਉਹਨੇ ਹਦਾਇਤ ਕੀਤੀ ਹੈ ਵੀ ਜੋ ਵੀ ਉਲੰਘਣਾ ਕਰੂਗਾ ਕਾਨੂੰਨ ਦੀ ਜੋ ਵੀ ਨਾਕਾ ਤੋੜਨ ਦਾ ਯਤਨ ਕਰੂਗਾ ਉਹਦੇ ਕੜੀ ਕਾਰਵਾਈ ਕੀਤੀ ਜਾਊਗੀ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ ਇਹ ਹਦਾਇਤ ਉਹਨੇ
ਜਿਹੜੀ ਹੈ ਹਦਾਇਤ ਉਹਦੀ ਠੀਕ ਹੈ ਵੀ ਸਖਤੀ ਨਾਲ ਨਿਪਟਿਆ ਜਾਊਗਾ, ਪਰ ਉਹਦੇ ਸ਼ਬਦਾਂ 'ਚ ਜ਼ਰੂਰ ਫਰਕ ਹੈ। ਅਸੀਂ ਸ਼ਬਦ ਉਹਦੇ ਸਾਨੂੰ ਖੇਦ ਹੈ, ਅਸੀਂ ਵਾਪਸ ਲੈਂਦੇ ਹਾਂ। ਸੋ ਕਹਿਣ ਦਾ ਭਾਵ ਕੀ ਹੈ ਵੀ ਇਕੱਲੇ ਸ਼ਬਦਾਂ 'ਤੇ ਸਿੱਟਤਾ ਜਿਹੜਾ ਹੈਗਾ ਵੀ ਉਹਨਾਂ ਦਾ ਕਾਨੂੰਨ, ਜਦੋਂ ਉਹ ਕਹਿੰਦੇ ਆ ਵੀ ਜੇ ਕਾਨੂੰਨ ਤੋੜੂਗਾ ਤਾਂ ਉਹਦੇ ਨਾਲ ਸਖਤੀ ਵਰਤੀ ਜਾਊ, ਕਾਨੂੰਨ ਦੀ ਉਲੰਘਣਾ ਕਰੂਗਾ ਉਹਦੇ ਨਾਲ ਸਖਤੀ ਵਰਤੀ ਜਾਊ। ਕਾਨੂੰਨ ਕਿਹਨੂੰ ਕਹਿੰਦੇ ਆ ਉਹ? ਇਹ ਭਰਾਵੋ ਸਮਝਣ ਦੀ ਗੱਲ ਹੈ। ਕਈ ਵਾਰੀ ਭੁਲੇਖਾ ਪੈ ਜਾਂਦਾ ਵੀ ਠੀਕ ਹੈ ਯਾਰ, ਜਦੋਂ ਕਾਨੂੰਨ ਕਿਸੇ ਨੇ ਤੋੜਿਆ ਫਿਰ ਤਾਂ ਸਰਕਾਰ ਸਖਤੀ ਕਰਦੀ ਹੁੰਦੀ ਹੈ। ਹੁਣ ਕਾਨੂੰਨ ਕੀ ਹੈ ਉਹਨਾਂ ਦਾ? ਉਹ ਕਹਿੰਦੇ ਆ ਵੀ ਸਾਥੋਂ ਮਨਜ਼ੂਰੀ ਲਓ, ਵੀ ਜੇ ਤੁਸੀਂ ਕਿਸੇ ਦਾ ਵਿਰੋਧ ਕਰਨਾ, ਪ੍ਰੋਟੈਸਟ ਕਰਨਾ, ਪਹਿਲਾਂ ਪ੍ਰਸ਼ਾਸਨ ਤੋਂ ਮਨਜ਼ੂਰੀ ਲਓ। ਉਹ ਪ੍ਰਸ਼ਾਸਨ ਤੁਹਾਨੂੰ ਥਾਂ ਦੱਸੂਗਾ ਵੀ ਫਲਾਣੇ ਥਾਂ ਤੇ ਤੁਸੀਂ ਇਕੱਠੇ ਹੋ ਕੇ ਆਪਣਾ ਪ੍ਰੋਟੈਸਟ ਕਰ ਲਓ। ਜੇ ਤੁਸੀਂ ਬਿਨਾਂ ਮਨਜ਼ੂਰੀ ਲਏ, ਬਿਨਾਂ ਪ੍ਰਸ਼ਾਸਨ ਤੋਂ ਥਾਂ ਦੀ ਮਨਜ਼ੂਰੀ ਲਏ, ਆਪਣੇ ਤੌਰ ਤੇ ਵੀ ਅਸੀਂ ਕੋਈ ਮਨਜ਼ੂਰੀ ਦੀ ਲੋੜ ਨਹੀਂ, ਅਸੀਂ ਸਰਕਾਰ ਨਾਲ ਲੜਨਾ, ਅਸੀਂ ਸਰਕਾਰ ਤੋਂ ਜਿਹਦੇ ਨਾਲ ਲੜਨਾ ਉਹ ਤੋਂ ਕਿਉਂ ਮਨਜ਼ੂਰੀ ਲੱਗੇ? ਵੀ ਅਸੀਂ ਭਾਈ ਤੁਹਾਡੇ ਨਾਲ ਲੜਗੇ ਕਿ ਨਾ ਲੜਗੇ, ਕਿਹੜੀ ਥਾਂ ਤੇ ਲੜਗੇ, ਫਲਾਨੀ ਥਾਂ ਤੇ ਲੜਗੇ ਜਾਂ ਝੌਕੀ ਥਾਂ ਤੇ ਲੜਗੇ, ਕੋਈ ਮਾਮਲਾ ਨਹੀਂ ਬਣਦਾ। ਉਹ ਕਹਿੰਦੇ ਆ ਵੀ ਜੇ ਤੁਸੀਂ ਬਿਨਾਂ ਮਨਜ਼ੂਰੀ ਤੋਂ, ਬਿਨਾਂ ਥਾਂ ਦੀ ਮਨਜ਼ੂਰੀ ਲਏ ਤੋਂ ਲੜਦੇ ਹੋ, ਕਾਨੂੰਨ ਤੋੜਨਾ, ਉਹ ਕਾਨੂੰਨ ਦੀ ਉਲੰਘਣਾ ਕਰਨਾ। ਜਿਹੜਾ ਕੋਈ ਕਾਨੂੰਨ ਤੋੜੂਗਾ ਫਿਰ ਉਸ ਨਾਲ ਜਿਵੇਂ 28 ਤਰੀਕ ਨੂੰ ਕਾਰਵਾਈ ਹੋਈ ਹੈ ਉਵੇਂ ਕਾਰਵਾਈ ਹੋਊਗਾ ਭਰਾਵੋ। ਇਹ ਆ ਉਹਨਾਂ ਦਾ ਕਾਨੂੰਨ ਦਾ ਮਤਲਬ। ਆਪਾਂ ਇਸ ਹੱਦ ਤੱਕ ਜੇ ਉਹਨਾਂ ਦਾ ਕਾਨੂੰਨ ਮੰਨ ਕੇ ਚੱਲਾਂਗੇ, ਆਪਾਂ ਸਮਝ ਲਓ ਵੀ ਆਪਣੇ ਪੈਰਾਂ 'ਚ ਵੀ ਜੂੜ ਪਵਾ ਲਿਆ, ਸੰਗਲ ਪਵਾ ਲਏ ਤੇ ਹੱਥਾਂ ਹੱਥ ਵੀ ਬਣਾ ਲਏ। ਜਦੋਂ ਕਿਸੇ ਦੇ ਹੱਥ ਵੀ ਬੰਨਦੇ ਹੋ ਤੁਸੀਂ, ਪੈਰ ਵੀ ਬੰਨਦੇ ਹੋ, ਉਹ ਫਿਰ ਨਾ ਹੱਥਾਂ ਹੋ ਜਾਂਦਾ ਔਰ ਲੜ ਤਾਂ ਕੀ ਉਹ ਤੁਰ ਵੀ ਨਹੀਂ ਸਕਦਾ। ਸੋ ਭਰਾਵੋ ਜੇ ਇਹੋ ਜਿਹੇ ਕਾਨੂੰਨ ਇਹਨਾਂ ਦੇ ਮੰਨੇ ਹੁੰਦੇ ਆਪਾਂ ਤਾਂ ਆਪਾਂ ਦਿੱਲੀ ਨਹੀਂ ਆ ਸਕਦੇ ਸੀ। 9 ਮਹੀਨੇ ਦਾ ਮੋਰਚਾ ਤਾਂ ਦੂਰ ਦੀ ਗੱਲ ਹੈ। ਇਹਨਾਂ ਨੇ ਤਾਂ ਉੱਥੇ ਵੀ ਕਿਹਾ ਸੀ ਖੱਟਰ ਨੇ ਤਾਂ ਵੀ ਭਾਈ ਹੱਦ ਤੋਂ ਗਾਹਾਂ ਨਾ ਜਾਇਓ, ਪੰਜਾਬ ਤੇ ਹਰਿਆਣੇ ਦੀ ਹੱਦ ਤੋਂ ਜੋ ਗਾਹਾਂ ਜਾਊਗਾ ਉਹਦੇ ਨਾਲ ਸਖਤੀ ਨਾਲ ਨਿਪਟਿਆ ਜਾਊਗਾ। 26 ਨਵੰਬਰ ਨੂੰ ਵੀ ਇਹ ਖੱਟਰ ਨੇ ਇਹੀ ਬਿਆਨ ਦਿੱਤਾ ਸੀ। ਇਹ ਕਾਨੂੰਨ ਆ ਕਹਿੰਦੇ ਹੋ, ਕਾਨੂੰਨ ਦੀ ਉਲੰਘਣਾ ਹੋਊਗੀ, ਪਰ ਆਪਾਂ ਕਾਨੂੰਨ ਤੋੜਿਆ, ਪੈਰਾਂ ਥੱਲੇ ਮਸਲਿਆ ਵੀ ਅਸੀਂ ਤੇਰੇ ਇਹੋ ਜਿਹੇ ਕੜੇ ਕਾਨੂੰਨਾਂ ਦੀ ਕੋਈ ਪਰਵਾਹ ਨਹੀਂ ਕਰਦੇ। ਦਿੱਲੀ ਰਾਜਧਾਨੀ ਆ, ਦਿੱਲੀ ਨਾਲ ਸਾਡਾ ਸੰਬੰਧ ਹੈ, ਦਿੱਲੀ ਨੇ ਕਾਨੂੰਨ ਪਾਸ ਕੀਤੇ, ਅਸੀਂ ਰਾਜਧਾਨੀ 'ਚ ਜਾਵਾਂਗੇ, ਸਾਡਾ ਹੱਕ ਹੈ, ਜਿਹੜੀਆਂ ਤੂੰ ਰੋਕਾਂ ਲਾਉਣੀਆਂ ਲਾ ਲੈ। ਸੋ ਆਪਾਂ ਰੋਕਾਂ ਜਿਹੜੀਆਂ ਪੰਜਾਬ ਹਰਿਆਣੇ ਦੀ ਹੱਦ ਤੇ ਸੀ ਉਹ ਵੀ ਤੋੜੀਆਂ ਨੇ, ਕਾਨੂੰਨ ਤੋੜਿਆ ਉਹਨਾਂ ਦਾ, ਕਾਨੂੰਨ ਦੀ ਉਲੰਘਣਾ ਕੀਤੀ ਹੈ। ਉਦੋਂ ਬਾਅਦ ਜਿੰਨੇ ਦਿੱਲੀ ਚੱਕਰ ਨਾਕੇ ਲੱਗੇ ਸੀ ਉਹ ਵੀ ਸਾਰੇ ਤੋੜੇ ਆ, ਤੋੜ ਕੇ ਉਹਨਾਂ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਸੋ ਭਰਾਵੋ ਜੇ ਉਹ ਕਹਿੰਦੇ ਆ ਵੀ ਉਹਨਾਂ ਨੇ ਕਾਨੂੰਨ ਤੋੜਿਆ, ਜਿੱਥੇ ਅਸੀਂ ਥਾਂ ਦਿੱਤੀ ਸੀ ਉੱਥੇ ਪ੍ਰੋਟੈਸਟ ਨਹੀਂ ਕੀਤਾ, ਇਸ ਕਰਕੇ ਉਹਨਾਂ ਨੂੰ ਕੁੱਟਣਾ ਜਾਇਜ਼ ਹੈ, ਇਸ ਕਰਕੇ ਉਹਨਾਂ ਦੇ ਸਿਰ ਪਾੜਨਾ ਜਾਇਜ਼ ਹੈ, ਤਾਂ ਫਿਰ ਆਪਣਾ ਵੀ ਐਲਾਨ ਹੈ ਵੀ ਅਸੀਂ ਇਹਦੀ ਭਾਜੀ ਮੋੜਾਂਗੇ। ਮੋੜਦੀ ਪਹਿਲਾਂ ਤਾਂ 28 ਤਰੀਕ ਨੂੰ, ਉਦੋਂ ਬਾਅਦ 29 ਤਰੀਕ ਨੂੰ ਵੀ ਮੋੜਤੀ, ਤੇ ਹੁਣ ਵੀ ਮੈਨੂੰ ਮਾਣ ਹੈ ਵੀ ਉਹਨਾਂ ਨੇ ਜਿਹੜੇ ਨੇ ਕੁੱਟ ਖਾਧੀ ਹੈ ਉਹਨਾਂ ਨੇ ਕਿਹਾ ਵੀ ਤੂੰ ਦੂਜੀ ਵਾਰ ਟਰਾਈ ਕਰ ਲਈ ਆਪਣਾ ਖੱਟਰ, ਪਹਿਲੀ ਵਾਰ ਵੀ ਕਰਨਾਲ ਦੇ ਵਿੱਚ ਤੂੰ ਰੈਲੀ ਐਲਾਨ ਕਰਕੇ ਰੈਲੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਮੈਂ ਥਾਂ ਦਾ ਨਾਂ ਭੁੱਲ ਗਿਆ ਜਿੱਥੇ ਉਹਨਾਂ ਦਾ ਹੈਲੀਕਾਪਟਰ ਉਤਰਨ ਨਹੀਂ ਦਿੱਤਾ ਸੀਗਾ, ਹੁਣ ਤੂੰ ਦੂਜੀ ਵਾਰ ਫਿਰ ਟਰਾਈ ਕੀਤੀ ਹੈ, ਠੀਕ ਹੈ ਤੁਸੀਂ ਸਾਨੂੰ ਕੁੱਟ ਲਿਆ ਪਰ ਤੁਸੀਂ ਸਾਨੂੰ ਝੁਕਾ ਨਹੀਂ ਸਕੇ। ਕਿਸੇ ਕਵੀ ਨੇ ਲਿਖਿਆ ਪੰਜਾਬੀ ਦੇ ਸ਼ਾਇਰ ਨੇ, ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆ ਨਹੀਂ ਭੁਰਦੀ, ਹਰ ਫੱਟਣ ਮੱਥਾ ਨਹੀਂ ਝੁਕਦਾ, ਹਰ ਛੱਲ ਬੰਨ ਲਾਇਆ ਨਹੀਂ ਰੁਕਦੀ। ਅਸੀਂ ਉਹਨਾਂ ਚੋਂ ਹੈ ਜਿਹੜੇ ਫੱਟਣ ਮੱਥੇ ਝੁਕਦੇ ਨਹੀਂ। ਉਹ ਇੱਕ ਕਿਸਾਨ ਦਾ ਜਿਹਦੀ ਫੋਟੋ ਆ ਰਹੀ ਹੈ, ਪੱਗ ਬੰਨੀ ਹੋਈ ਹੈ, ਗਲ ਦੇ ਵਿੱਚ ਭਗਤ ਸਿੰਘ ਦਾ ਬੈਜ ਪਾਇਆ ਹੋਇਆ, ਸਿਰ ਤੋਂ ਲਾ ਕੇ ਪੈਰਾਂ ਤੱਕ ਖੂਨ ਨਾਲ ਚੌਂ ਰਿਹਾ, ਤੇ ਉਹੋ ਦੀਆਂ ਅੱਖਾਂ ਵੇਖੋ ਤੁਸੀਂ, ਉਹਦੀਆਂ ਅੱਖਾਂ ਕੀ ਕਹਿੰਦੀਆਂ ਨੇ? ਉਹਦੀਆਂ ਅੱਖਾਂ ਇਹੀ ਕਹਿੰਦੀਆਂ ਨੇ, ਗਾਹ ਦਾ ਦੇਖੋ ਉਹਦੀਆਂ ਅੱਖਾਂ, ਵੀ ਇਹ ਫੱਟੜ ਜ਼ਰੂਰ ਹੋ ਗਿਆ ਮੱਥਾ, ਪਰ ਫੱਟੜ ਹੋਇਆ ਮੱਥਾ ਝੁਕਣ ਵਾਲਾ ਮੱਥਾ ਨਹੀਂ, ਤੁਸੀਂ ਝੁਕਣਾ ਪਊ ਪਰ ਇਹ ਕਿਸਾਨ ਦਾ ਫੱਟੜ ਮੱਥਾ ਨਹੀਂ ਝੁਕੂਗਾ, ਉਹਦੀਆਂ ਅੱਖਾਂ ਇਹੀ ਕਹਿ ਰਹੀਆਂ ਨੇ। ਸੋ ਅਖੀਰ ਦੇ ਵਿੱਚ ਮੈਂ ਜਿਹੜਾ ਉਹ ਐਸ ਡੀ ਮੈਮ ਆ ਉਹਦਾ ਇਕੱਲਾ ਪਿਛੋਕੜ ਹੀ ਦੱਸਿਆ ਵੀ ਬੀਜੇਪੀ ਦੇ ਪਰਿਵਾਰ ਚੋਂ ਆ, ਇੱਕ ਵੱਡੇ ਲੀਡਰ ਦਾ ਆਰ ਐਸ ਐਸ ਦੇ ਵੱਡੇ ਲੀਡਰ ਦਾ
ਰਕੇਸ਼ ਸਿਨਹਾ ਦਾ ਭਤੀਜਾ ਤੇ ਦੂਜੇ ਪਾਸੇ ਉਹਨੇ ਕਮਾਈ ਕਿੰਨੀ ਕੀਤੀ ਹੈ। ਅੱਜ ਵਾਲੇ ਪੰਜਾਬੀ ਟ੍ਰਿਬਿਊਨ ਦਾ ਉੱਗਾ ਪੱਤਰਕਾਰ ਹੈ ਚਰਨਜੀਤ ਭੁੱਲਰ, ਉਸਨੇ ਆਪਣੇ ਆਰਟੀਕਲ ਦੇ ਵਿੱਚ ਦੱਸਿਆ ਆਪਦਾ, ਉਹ ਕਹਿੰਦੇ ਇਹਦੇ ਕੋਲੇ ਇੱਕ ਫਲੈਟ ਤੋਂ ਭਾਵ ਫਲੈਟ ਦਾ ਭਾਵ ਕੋਠਾ ਜਾਂ ਮਕਾਨ ਨਹੀਂ ਹੁੰਦਾ, ਵੱਡੀ ਬਿਲਡਿੰਗ ਹੈ, ਭਵਨ ਵਰਗੀ ਬਿਲਡਿੰਗ, ਕੋਠੀ ਫਲੈਟ। ਇੱਕ ਇਹਦਾ ਸ਼ਿਮਲੇ 'ਚ ਹੈ, ਉਹਦਾ 4 ਕਰੋੜ ਦੇ ਲਗਭਗ ਉਹਦੀ ਕੀਮਤ ਹੈ ਤੇ ਉਹਨੂੰ ਇਹ ਕਿਰਾਏ ਤੇ ਦਿੰਦਾ 4 ਲੱਖ ਉਹਦਾ 1 ਸਾਲ ਦਾ ਕਿਰਾਇਆ ਉਹਦਾ। ਇੱਕ ਇਹਦਾ ਫਲੈਟ ਇਸ ਐਸਡੀਐਮ ਦਾ ਹੈਗਾ ਪੰਚਕੂਲੇ, ਹਰਿਆਣੇ ਦੇ ਵਿੱਚ ਚੰਡੀਗੜ੍ਹ ਦੇ ਕੋਲੇ ਹੈ, ਉਹ ਵੀ ਫਲੈਟ ਬਣਾ ਕੇ ਰੱਖਿਆ, ਕਿਰਾਏ ਤੇ ਦਿੰਦਾ 2.5 ਲੱਖ ਸਾਲਾਨਾ ਉਹਦਾ ਕਿਰਾਇਆ ਲੈਂਦਾ। ਤੇ ਤੀਜਾ ਫਲੈਟ ਉਹਦਾ ਦਿੱਲੀ ਦੇ ਵਿੱਚ, ਐਸੇ ਦਿੱਲੀ 'ਚ ਹੈ, ਉਹਦਾ ਵੀ ਲਗਭਗ ਇੰਨੀ ਕੀਮਤ ਦੀ ਫਲੈਟ, ਇੰਨਾ ਹੀ ਕਿਰਾਇਆ ਲੈਂਦਾ, 8 ਲੱਖ ਇਕੱਲੇ ਫਲੈਟਾਂ ਦਾ ਕਿਰਾਇਆ ਲੈਂਦਾ। ਕੋਠੀ ਸਰਕਾਰੀ ਹੈ, ਹੁਣ ਜੇ ਐਂ ਸਮਝ ਲਓ ਵੀ 8 ਲੱਖ ਦੇ ਇਕੱਲੇ 1 ਸਾਲ ਦੇ ਵਿੱਚ ਉਹਦਾ ਇਕੱਲਾ ਕਿਰਾਇਆ ਫਲੈਟਾਂ ਦਾ ਹੀ ਹੈ, ਇਸ ਤੋਂ ਬਿਨਾਂ ਹੋਰ ਕਿੰਨੀ ਜਾਇਦਾਦ ਬਣਾਈ ਹੋਊਗੀ, ਹੋਰ ਕਿੰਨੇ ਉਹਦੇ ਕਾਰੋਬਾਰ ਹੋਣਗੇ, ਕਿੰਨੀ ਪੂੰਜੀ ਹੋਊਗੀ, ਉਹ ਤੁਸੀਂ ਹਿਸਾਬ ਲਾ ਲਓ। 10 ਕਰੋੜ ਦੇ ਲਗਭਗ ਦੇ ਇਕੱਲੇ ਫਲੈਟ ਹੈ। ਸੋ ਇਸ ਕਰਕੇ ਜਿਹਨਾਂ ਕੋਲ ਇੰਨੀ ਪੂੰਜੀ ਹੈ, ਉਹਨਾਂ ਨੂੰ ਲੱਗਦਾ ਵੀ ਜੇ ਕਿਸਾਨ ਜਾਗਰਤ ਹੋ ਗਏ, ਕਿਸਾਨ ਮਜ਼ਦੂਰ ਜਾਗਰਤ ਹੋ ਗਏ, ਤਾਂ ਇਹ ਵੀ ਪੁੱਛਣਗੇ ਵੀ ਤੈਨੂੰ ਕਿਹੜੀ ਇਹੋ ਜਿਹੀ ਕਮਾਈ ਕੀਤੀ ਸੀ ਜਿਹਦੇ ਤੇਰੇ ਕੋਲ ਇੰਨੇ ਕਰੋੜਾਂ ਦੇ ਫਲੈਟ ਬਣ ਗਏ, ਕਰੋੜਾਂ ਦੀ ਤੇਰੀ ਪ੍ਰੋਪਰਟੀ ਬਣ ਗਈ, ਪੂੰਜੀ ਆ ਕਿੱਥੋਂ ਗਈ। ਵੀ ਜੋ ਲੋਕ ਜਾਗਣਗੇ, ਕਿਸਾਨ ਜਾਗਣਗੇ, ਤਾਂ ਸਵਾਲ ਵੀ ਪੁੱਛਣਗੇ, ਤੇਰੇ ਕੋਲ ਕਰੋੜਾਂ ਦੀ ਪ੍ਰੋਪਰਟੀ ਬਣ ਗਈ, ਕਰੋੜਾਂ ਦੇ ਫਲੈਟ ਬਣ ਗਏ, ਤੇ ਇੱਧਰ ਲੱਖਾਂ ਕਿਸਾਨ, ਹਜ਼ਾਰਾਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਆ, ਉਹਨਾਂ ਨੇ ਕਿਹੜਾ ਮਾੜਾ ਕੰਮ ਕੀਤਾ, ਉਹ ਦਿਨ ਰਾਤ ਮਿਹਨਤ ਕਰਦੇ ਆ, ਪਸੀਨਾ ਡੋਲਦੇ ਆ, ਉਹ ਕਰਜ਼ਾਈ ਹੋ ਰਹੇ ਆ। ਤੁਸੀਂ ਕੋਈ ਵਿਹਲਣਾ ਹੈ, ਇਕੱਲੇ ਹੁਕਮ ਚਲਾਉਣ ਤੋਂ ਬਿਨਾਂ ਸਰਕਾਰ ਦੇ ਹੋਰ ਕੋਈ ਕੋਈ ਕੰਮ ਨਹੀਂ, ਤੁਹਾਡੇ ਕੋਲੇ ਕਰੋੜਾਂ ਦੀ ਜਾਇਦਾਦ ਬਣ ਗਈ, ਇਹ ਕਿਹੜਾ ਕਾਨੂੰਨ ਹੈ, ਕਿਹੜਾ ਸਿਸਟਮ ਹੈ? 25% ਆਬਾਦੀ ਭੁੱਖਮਰੀ ਦਾ ਸ਼ਿਕਾਰ ਹੈ, ਕੰਮ ਕਰਦੀ ਹੈ ਫਿਰ ਵੀ ਭੁੱਖਮਰੀ ਦਾ ਸ਼ਿਕਾਰ ਹੈ। ਇਹ ਸਾਰੇ ਸਵਾਲ ਉਹਨਾਂ ਨੂੰ ਪਤਾ ਵੀ ਜੇ ਲੋਕ ਜਾਗਰਤ ਹੋਏ, ਇਹ ਮੋਰਚਾ ਸਫਲ ਹੋਇਆ, ਲੋਕਾਂ ਨੇ ਜਾਗਰਤ ਹੋਣਾ, ਲੋਕਾਂ ਦਾ ਮਨੋਬਲ ਵਧਣਾ, ਇਹ ਮੋਰਚਾ ਜਿੱਤਣ ਤੋਂ ਬਾਅਦ ਬਾਕੀ ਸਵਾਲਾਂ ਤੇ ਵੀ ਮੋਰਚੇ ਲੱਗਣੇ ਹੈ, ਬਾਕੀ ਸਵਾਲਾਂ ਤੇ ਵੀ ਕਿਸਾਨਾਂ ਨੇ ਜਾਗਰਤ ਹੋਣਾ। ਇਸ ਨਫ਼ਰਤ ਚੋਂ ਭਰਾਵੋ ਇਹ ਲਾਠੀਚਾਰਜ ਹੋਇਆ, ਇਸ ਸੋਚ ਚੋਂ, ਤੇ ਫਿਰ ਉਹਨਾਂ ਨੇ ਸੋਚ ਚੋਂ ਲਾਠੀਚਾਰਜ ਕੀਤਾ ਵੀ ਇਹ ਕਿਸਾਨ ਜਾਗਰਤ ਨਾ ਹੋਣ, ਮੋਰਚਾ ਫਤਿਹ ਨਾ ਹੋਵੇ, ਤੇ ਫਿਰ ਸਾਡਾ ਵੀ ਫਰਜ਼ ਬਣਦਾ ਵੀ ਤੇਰਾ ਜਵਾਬ ਦੇਣਾ, ਲੜਨਾ, ਚੇਤਨ ਵੀ ਹੋਣਾ, ਲਾਮਬੰਦ ਵੀ ਹੋਣਾ, ਤੇ ਮੋਰਚਾ ਫਤਿਹ ਵੀ ਕਰਨਾ, ਇਹ ਆਪਣੀ ਡਿਊਟੀ ਬਣ ਜਾਂਦੀ ਹੈ। ਤੇ ਮੈਨੂੰ ਲੱਗਦਾ ਵੀ ਆਪਾਂ ਸਿੱਖਾਂਗੇ ਕੱਲਾ ਇਹਨੇ ਵੀ ਆਪਾਂ ਜਮ ਕਰਕੇ ਆਪਣਾ ਫਰਜ਼ ਲਾਤਾ। ਉਹ ਕਹਿੰਦਾ ਵੀ ਗਾਹਾਂ ਲੜਾਈ ਨੂੰ ਤੇਜ਼ ਕਰੋ, ਲੜਾਈ ਨੂੰ ਤਿੱਖਾ ਕਰੋ, 28 ਵਾਲੇ ਜਿਹੜੇ ਐਕਸ਼ਨ ਦਾ ਇਹ ਵੀ ਸੰਦੇਸ਼ ਹੈ। ਤੇ ਮੈਨੂੰ ਉਮੀਦ ਆ ਵੀ ਤੁਸੀਂ ਜਿਵੇਂ ਕੱਲ ਉਹਨਾਂ ਨੇ ਇਕਜੁੱਟਤਾ ਪ੍ਰਗਟ ਕੀਤੀ ਹੈ, ਮੋਰਚੇ ਨੂੰ ਤੇਜ਼ ਕਰਕੇ ਫਤਿਹ ਕਰਨ ਦੀ ਖਾਤਰ ਵੀ ਆਪਣੀਆਂ ਸਾਰੀਆਂ ਕੋਸ਼ਿਸ਼ਾਂ, ਸਾਰੇ ਆਪਣਾ ਯਤਨ ਜੁਟਾਓਗੇ। ਇਹਨਾਂ ਕਹਿੰਦਾ ਹੋਇਆ ਸਾਰੇ ਵੀਰਾਂ ਦਾ, ਭੈਣਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।